ਕੰਪਨੀ ਕੰਮ ਦਾ ਪਹਿਲਾ ਸੈਮੀਫਾਈਨਲ ਜਿਹੜਾ ਸ਼ੁਰੂ ਕਰ ਜਾ ਰਹੇ ਹਾਂ। ਸੋ ਮੈਂ ਬੇਨਤੀ ਕਰਾਂਗਾ ਪਹਿਲੇ ਹਮਲੀ ਸਾਡੀ ਜਿਹੜੀ ਉਹ ਥੋੜੀ ਗਰਾਊਂਡ ਕਲੀਅਰ ਹੁੰਦੀ ਹੈ ਜਲਦੀ ਦੇ ਨਾਲ ਅਸੀਂ ਆਪਾਂ ਗਲੋਬਲ ਟਰੱਕ ਅਕੈਡਮੀ ਤੋਂ ਸੁਰਿੰਦਰ ਬਾਟ ਜੀ ਵੀ ਸਾਡੇ ਮੈਂਬਰ ਵਜੇ ਹੈ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ। ਪ੍ਰਧਾਨ ਜਸਵਿੰਦਰ ਸਿੰਘ ਸ਼ੁਕਰ ਉਹਨਾਂ ਨੂੰ ਬੇਨਤੀ ਹੈ ਵੀ ਕਮੈਂਟੇਟਰਾਂ ਵਾਲੀ ਸਾਈਡ ਜਿਹੜਾ ਹਾਲੇ ਕੁਝ ਦਿਖਾਈ ਨਹੀਂ ਦੇ ਰਿਹਾ, ਕਈ ਵੀ ਸੋਚਦੇ ਹੋਣਗੇ ਵੀ ਕਮੈਂਟਰੀ ਨਹੀਂ ਸ਼ੁਰੂ ਹੋਈ, ਮਾਫੀ ਚਾਹਵਾਂਗੇ ਅਸੀਂ ਜ਼ਰੂਰ। ਜਿਹੜਾ ਸੁਬਾਹ ਤਕੜਾ ਮੁਕਾਬਲਾ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਚੁੱਕਿਆ, ਪ੍ਰੋਫੈਸਰ ਸਾਹਿਬ ਇੱਥੋਂ ਹੀ ਸ਼ੁਰੂ ਕਰ ਦਈਏ। ਖੇਡਿਆ ਜਾ ਰਿਹਾ ਉਧਰ ਵੇਖਦਾ ਵੀ ਗੋਖਾ ਦਬਾਅ ਦੇ ਨਾਲ ਨੀਕੇ ਜਾਊਗਾ ਜੋਰ ਹਰਵਿੰਦਰ ਸੰਘੇੜਾ ਜੀ ਤਾਂ ਉਧਰ ਜੱਸੀ ਦੇ ਪ੍ਰਦੀਪ ਕਢਵਾ ਕੇ ਦੇ ਯੂਕੇ ਯੂਐਸਏ ਵਾਲੇ ਵੀ ਵੇਖਦੇ ਆ ਵੀ ਹੁਣ ਸਾਡੀ ਟੀਮ ਦਾ ਸਰਪੰਚ ਯਾਦਾ ਬਣ ਕੇ ਕਾ ਉਧਰੋਂ ਚਾਰਾ ਵਿੱਚ ਉਹ ਵੇਖਣਾ ਵੀ ਕੌਣ ਸੀਤੇ ਵਾਲੀਆਂ ਪ੍ਰੋਫੈਸਰ ਸਾਹਿਬ ਟਰਾਈ ਕਰਦਾ ਹੈ। ਇਸ ਵੇਲੇ ਫਿਰ ਦੇਖਾਂਗੇ ਕਿ ਪੁਆਇੰਟ ਯੂਨਾਈਟਡ ਬ੍ਰੈਂਟਨ ਦੇ ਹਿੱਸੇ ਹੈ। ਆ ਗਿਆ ਬਾਗਾ ਵਾਲੇ ਦਾ ਪੱਤੀ, ਕਰਦੇ ਹੋ ਗੱਲ ਸੁਣਾ ਜਵਾਨੀ, ਬਾਗਾ ਵਾਲਾ ਸ਼ਹਿਰ ਮੋਰਿੰਡਾ, ਬਾਗਾ ਵਾਲੀ ਕਹਿੰਦੇ ਸਨ ਉਸ ਸ਼ਹਿਰ ਮੋਰਿੰਡੇ ਦਾ ਕੀਤਾ ਹੋ ਜਿਹੜਾ ਹੈ ਆਹ ਹੈ ਉਹ ਵਿੱਚ ਬੈਠੇ ਮਾਵੀ ਸਾਹਿਬ ਵੀ ਉਸ ਸੈਂਸਰਾਟੀ ਦੇ ਵਿੱਚ ਅਮਰੀਕਾ ਉਹਨਾਂ ਦੇ ਨਾਲ ਤਾਂ ਦੇਖੋ ਉਧਰਲੇ ਪਾਸੇ ਆਹ ਗੁਰਬ੍ਰਾਤੀ ਸਨ ਗੁਰਬ੍ਰਾਤੀ ਰੇਟ ਦੇ ਗੁਰਮੁਖ ਸਿੰਘ ਜੀ ਅਪੀਲ ਕਰਦੇ ਆ ਟੀਚਰ ਸਾਹਿਬ ਜੀ ਨੇ ਕੀ ਫੈਸਲਾ ਤੁਹਾਡਾ ਠੀਕ ਹੈ ਪਰ ਅਗਲੇ ਸਾਲ ਜਿਹੜੀ ਹੈ ਇਹ ਕੱਪ ਸਾਰੇ ਜਿਹੜੇ ਹੈ ਬ੍ਰੈਂਟਨ ਦੇ ਵਿੱਚ ਹੋਣਗੇ ਮੈਡਮ ਜੀ।
ਮੈਡਮ ਰੂਬੀ ਸੋਦਾ ਜੀ ਤੁਹਾਨੂੰ ਬਹੁਤ ਬਹੁਤ ਕੰਗਰੈਚੁਲੇਸ਼ਨ ਲਾਉਂਦੇ ਪਾਸੇ ਪਾਉਣ ਲੱਗੇ ਬਾਬਾ ਜਾਂਦਾ ਹੋਇਆ ਨੌਜਵਾਨ ਦੇਖ ਲਈ ਕਬੱਡੀ ਪਾਉਣ ਲਈ ਫੇਰ ਉਹ ਪਿਸਤਲ ਦਾ ਮਿਲਣ ਬਜਾਰੋ ਹੈ ਜੀ ਜਿਗਰੇ ਨਾ ਮਿਲਦੇ ਜੀ ਨਵਰਿੰਦਰ ਪਿਸਤਲ ਪਿੰਡਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਗਏ ਜਿੱਥੋਂ ਦੇ ਬਿੱਲੇ ਦੀ ਗੱਲ ਰਮਣੇ ਦੀ ਗੱਲ ਸਾਹਮਣੇ ਹੁਣ ਵੇਖਦਾ ਤੀਰਥ ਦਿਓਲ ਜੀ ਆਖਦੇ ਵੀ ਗਾਜੀਪੁਰੀ ਲੱਖੇ ਦਾ ਮੇਜਰ ਗਾ ਖੁੱਲਾ ਨਾਲ ਕਹਿੰਦੇ ਤੀਰਥ ਗਾ ਖੁੱਲਾ ਮਾਨੀ ਗਾ ਖੁੱਲਾ ਵੀ ਧੰਨਵਾਦ ਕਰਦੇ ਹੋ ਕਿ ਸਾਡੀ ਟੀਮ ਦੇ ਮੇਨ ਸਪੋਂਸਰ ਨੇ ਪਰ ਵੇਖਦਾ ਵੀ ਹੁਣ ਚਮਕੌਰ ਸਾਹਿਬ ਦੇ ਏਰੀਆ ਦਾ ਜੈਲ ਸਾਹਿਬ ਉਧਰ ਖਿੱਚ ਲਓ ਫੋਟੋ ਨਾਲ ਵੇਖੋ ਸਾਹਮਣੇ ਬ੍ਰਿੰਦਰ ਪਿਸਤਲ ਇਹ ਭਿੰਡਰਾਂ ਵਾਲਾ ਨੌਜਵਾਨ ਆਪਣੀ ਟੀਮ ਦੇ ਕਿਸੇ ਕਗੜਾ ਵਾਧਾ ਕਰਦਾ ਹੋਇਆ ਬਾਕੀ ਟਿੱਬੇ ਵਾਲਾ ਆਖਦਾ ਕੋਈ ਕੋਲਿਆਂ ਵਾਲੀ ਦਾ ਆਖਦਾ ਨਾ ਵੇਖੋ ਸਾਹਮਣੇ ਇਹ ਵੀ ਨੌਜਵਾਨ ਕੈਨੇਡਾ ਕਬੱਡੀ ਕੱਪ ਦਾ ਬੈਸਟ ਰਹਿ ਚੁੱਕਿਆ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਯੂਨਾਈਟਡ ਬ੍ਰੈਂਪਟਨ ਦੀ ਟੀਮ ਦਾ ਔਰ ਦੂਸਰੇ ਪਾਸੇ ਹੁਣ ਵੇਖਦਾ ਵੀ ਟੱਗੂ ਵਾਲਾ ਸ਼ਰਨਾ ਆ ਟੱਗੂ ਵਾਲਾ ਸ਼ਰਨਾ ਆ ਟੱਗੂ ਵਾਲਾ ਸ਼ਰਨਾ ਤੇ ਪੁਆਇੰਟ ਬੰਟੀ ਦੇ ਹਿੱਸੇ ਨਾ ਅਗਲੀ ਕਬੱਡੀ ਫਿਰ ਬੰਟੀ ਨਿੱਕੇ ਦਦੂੜ ਦੀ ਤੇ ਭਾਈ ਗੱਲ ਕਰਕੇ ਪ੍ਰੋਫੈਸਰ ਮੱਖਣ ਸਿੰਘ ਜੀ ਉਧਰ ਸਾਡੇ ਮਨਿੰਦਰ ਸਿੰਘ ਜੀ ਸਿੱਧੂ ਸਾਹਿਬ ਮਨਿੰਦਰ ਸਿੰਘ ਜੀ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਤੁਹਾਡੇ ਮੈਂਬਰ ਪਾਰਲੀਮੈਂਟ ਵਰਗੀਆਂ ਵਧਾਈਆਂ ਨੇ ਔਰ ਤੁਹਾਡੇ ਸਭ ਦੀ ਕੋਸ਼ਿਸ਼ਾਂ ਦੇ ਨਾਲ ਬਣ ਰਹੇ ਸਟੇਡੀਅਮ ਦੀਆਂ ਬਹੁਤ ਬਹੁਤ ਵਧਾਈਆਂ ਨੇ ਉਧਰਲੇ ਪਾਸੇ ਔਰ ਨਿੱਕਾ ਕਹਿੰਦੇ ਆ ਪਰ ਹੈ ਬੜਾ ਨਿੱਕਾ ਸਾਹਮਣੇ ਮੈਦਾਨ ਦੇ ਵਿੱਚ ਬਣਨ ਲੱਗਾ ਔਰ ਦਰਕੀ ਚੂ ਮੁੱਠੇ ਮਿਲੇ ਔਰ ਜੀਤਾ ਤਲਵੰਡੀ ਚੌਧਰੀਆਂ ਵਾਲਾ ਹੈ ਔਰ ਇੱਕ ਚੱਕਰਾਂ ਵਾਲਾ ਇੱਕ ਸਿੰਘਾਂ ਵਾਲਾ ਕਹਿੰਦੇ ਹੁੰਦੇ ਇੱਕ ਜੀਤਾ ਜਿਹੜਾ ਕਹਿੰਦੇ ਹੁੰਦੇ ਆ ਜਗਦੇਵ ਕਲਾ ਵਾਲਾ ਮਾਝੇ ਦਾ ਮਜੈਲ ਅਗਲੀ ਕਬੱਡੀ ਦੇ ਸਾਹਮਣੇ ਹੈ ਜੀ ਕਰਦੇ ਗੱਲ ਗੁਰਦੀਪ ਦੀ ਗੱਲ ਲਓ ਛੰਨਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਆ ਗਿਆ ਨਵਜੋਤ ਖਿੰਨ ਦਾ ਤੇ ਸ਼ਮਸ਼ੇਰ ਭੰਦੂ ਹੋਰਾਂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਕਰਦੇ ਹੋ ਔਰ ਕਹਿੰਦੇ ਵੀ ਜੀ ਨੰਬਰ ਪਹਿਲਾ ਪਾਈ ਦਿੱਤਾ ਜਾਣਾ ਲਓ ਵੇਖੋ ਸਾਹਮਣੇ ਇਹ ਕਹਿੰਦੇ ਇੰਦਰਾ ਤਲਵੰਡੀ ਵਾਲਾ ਇਹਨੇ ਟਰਾਈ ਕੀਤੀ ਹੈ ਤੇ ਪਰ ਪੁਆਇੰਟ ਇਸ ਵੇਲੇ ਯੂਨਾਈਟਡ ਬ੍ਰੈਂਪਟਨ ਦੇ ਹਿੱਸੇ ਉਧਰ ਗੋਖਾ ਅਕਬਾਲ ਜੀ ਦੇਵੀਕਾ ਜੋਲ ਜੀ ਤੇ ਹਰਜਿੰਦਰ ਸੰਘੇੜਾ ਜੀ ਕਹਿੰਦੇ ਵੀ ਭੋਲੇ ਵਾਲੀ ਇਹ ਬਿੱਟੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋ ਔਰ ਭੋਲੇ ਵਾਲੇ ਬਿੱਟੂ ਦੀ ਦੇਣ ਹੈ ਇਹ ਵੱਡੇ ਖਿਡਾਰੀ ਜਿਹੜੇ ਕਹਿੰਦੇ ਇਸ ਟੀਮ ਨੂੰ ਦਿੱਤੇ ਹੈ ਤਾਂ ਵੇਖੋ ਵੇਖੋ ਇਸ ਵੇਲੇ ਬੰਦੀ ਸਵਾਲੇ ਵਾਲਾ ਆਹ ਆਪਣੀ ਟੀਮ ਹੋ ਕੇ ਸੀ ਦੀ ਇਹ ਵੀ ਸੁਖਿਆ ਨੰਬਰ 3 ਟੀਮ ਦੇ ਹਿੱਸੇ ਜੁੜ ਗਿਆ ਉਧਰ ਸ਼ੇਰਾ ਦੇ ਪਰ ਵੀ ਢੇਸੀ ਦਾ ਵੀ ਜ਼ੋਰ ਲਓ ਨਾਲ ਕਹਿੰਦੇ ਵੀ ਖੇਡ ਮੈਦਾਨ ਦੇ ਜਾ ਕੇ ਇੱਕ ਵੱਡੀ ਪਹੁੰਚ ਗਈ ਪ੍ਰੋਫੈਸਰ ਸਾਹਿਬ ਹੋਰ ਪਰਸਰਾਮਪੁਰੀ ਆ ਗਿਆ ਮਨਮੋਰੀ ਆ ਗਿਆ ਪਰਸਰਾਮਪੁਰੀ ਆ ਗਿਆ ਇਹਨੂੰ ਜੱਸਾ ਕਹਿੰਦੇ ਆ ਜੱਸਾ ਸਿੰਘ ਆਲੂ ਵਾਲੀਆ ਔਰ ਜੱਸਾ ਸਿੰਘ ਰਾਮਗੜੀਆ ਔਰ ਸਿੱਖ ਦੇ ਆਦੇ ਮਹਾਨ ਯੋਧੇ ਆਹ ਸਾਡੀ ਕਬੱਡੀ ਦਾ ਯੋਧਾ ਹੈ ਆਹ ਵੇਖਦਾ ਵੀ ਸਾਹਮਣੇ ਉਧਰ ਸੁਖਮਿੰਦਰ ਸਾਂਸਾ ਸਾਹਿਬ ਉਹਨਾਂ ਦੇ ਸਪੁੱਤਰ ਜਿਹੜੇ ਹੈ ਉਹ ਵੀ ਪੁੱਜੇ ਹੋਏ ਹੈ ਤਾਂ ਉਧਰ ਪਾਸੇ ਜੱਸਾ ਬਹੁਤ ਸੋਹਣਾ ਪੜ ਲੱਗੇ ਵਾਪਸ ਮੈਦਾਨ ਦੇ ਵਿੱਚ ਦੂਜਾ ਸੈਮੀਫਾਈਨਲ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਤੇ ਟਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਉਹ ਵੀ ਟੀਮਾਂ ਜਿਹੜੀਆਂ ਅਗਲੀ ਵਹਿੰਦੀਆਂ ਤਿਆਰ ਹੋ ਜਾਣ ਆਹ ਵੀ ਮੁੰਡਾ ਜਿਹੜਾ ਸਿਰੇ ਦਾ ਉਹ ਪਿੰਡਰਾਂ ਦੀ ਗੱਲ ਹੈ ਔਰ ਉਸ ਇਲਾਕੇ ਦੇ ਲੋਕ ਕਹਿੰਦੇ ਹੁੰਦੇ ਵੀ ਬੰਤਾ ਬਣਨਾ ਪਿੰਡਰਾਂ ਵਾਲਾ ਔਰ ਸ਼ੀਰਾ ਪਿੰਡਰਾਂ ਵਾਲਾ ਬਿੱਲਾ ਪਿੰਡਰਾਂ ਵਾਲਾ ਵਿਜੇ ਪਿੰਡਰਾਂ ਵਾਲਾ ਔਰ ਦੇਖਦੇ ਸਾਹਮਣੇ ਕਿੰਨੇ ਵੱਡੇ ਖਿਡਾਰੀ ਪਿੰਡਰਾਂ ਦੀ ਧਰਤੀ ਨੇ ਪੈਦਾ ਕੀਤੇ ਹੈ ਘੱਲਾ ਵਾਲਾ ਪਿੰਦਰ ਕਹਿੰਦੇ ਸਿਰੇ ਦਾ ਖਿਡਾਰੀ ਹੋਇਆ ਔਰ ਮਈਆ ਬਾਲ ਦਾ ਵੀ ਗੀਤਾ ਵਾਲਾ ਮਸ਼ਹੂਰ ਹੋਇਆ ਆਹ ਵੀ ਨੌਜਵਾਨ ਜਿਹੜਾ ਕਪੂਰਥਲੀਆ ਪ੍ਰੀਤੇ ਦਾ ਬਾਰ ਸਾਖਾ ਔਰ ਫਿੱਟੇ ਦਾ ਬਾਰ ਸਾਖਾ ਅਮਰਜੀਤ ਹੋਣਾ ਦਾ ਬਾਰ ਸਾਖਾ ਕੇਵਲ ਸਿੰਘ ਹੋਣਾ ਦਾ ਬਾਰ ਸਾਖਾ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਗੋਲੀਆਂ ਮਾਰਦਾ
ਜਿਹੜੇ ਰੱਖਿਆ ਜਿੱਤਣ ਲਈ ਰੌਕਿਆਂ ਵਾਲਿਆ, ਮਿਹਨਤ ਕਰਨੀ ਪੈਂਦੀ ਹੈ ਰੌਕੇ ਦਾ ਜਿਕਾਰ ਪਾਣੀ ਦੀ ਸੇਵਾ ਅੱਜ ਸਾਡਾ ਵੀਰ ਨਿਭਾ ਰਿਹਾ। ਕਹਿੰਦੇ ਗੱਲ ਕਰਦਾ ਆਪਣੀ ਕਲਮ ਦੇ ਨਾਲ, ਲਓ ਵੇਖੋ ਸਾਹਮਣੇ ਕਬੱਡੀ ਪਾਉਣ ਦੇ ਲਈ ਆਓ ਛੰਨਾ ਵਾਲਾ, ਇਹ ਵੀ ਬਿੱਟੂ ਜਲਾਲ ਵਾਲਿਆ, ਆਹ ਵੇਖ ਸਾਹਮਣੇ ਵੀ ਟਰਾਈ ਕਰਦਾ ਟੀਚੇ ਵਾਲੀਆ, ਪਰ ਪੁਆਇੰਟ ਇਸ ਸਮੇਂ ਪੂਰੀ ਛੰਨਾ ਵਾਲਾ ਗੁਰਨਾਮ ਦਾ ਭੁਲੇਖਾ ਪਾਉਂਦਾ ਹੈ, ਹਰ ਪਿੰਡ ਦੇ ਗੁਰਨਾਮ ਦਾ ਭੁਲੇਖਾ ਪਾਉਂਦਾ ਹੈ। ਔਰ ਸਾਹਮਣੇ ਇੱਧਰ ਕਬੱਡੀ ਪਾਉਣ ਦੇ ਲਈ ਇੱਧਰ ਦੀ ਕਬੱਡੀ ਫਿਰ ਅੱਗੇ ਨੂੰ ਵਾਧਾ ਹੋਇਆ, ਉੱਧਰ ਅਨੂਪ ਇਸ ਜਗ੍ਹਾ ਅਨੂਪ ਜੀ ਜਗਦੀਪ ਕਾਕਾ ਨਾਲ ਰੀਮਿਕਸ ਰੀਮਿਕਸ ਤੋਂ ਬਿੰਟੂ ਕੋਤਰਾ ਜੀ, ਸਿਟੀ ਲਿੰਕ ਤੋਂ ਕਮਲ ਜੀਵਾ, ਨਾਲ ਗਲੋਬਲ ਟਰੱਕ ਅਕੈਡਮੀ ਸੁਰਿੰਦਰ ਪਾਠ, ਮਾਨਾ ਰੂਪੀ ਦੋਨੀ ਰੂਪੀ ਦਵਿੰਦਰ ਸਿੰਘ, ਨਾਲ ਗਿੱਲ ਟਰੱਕ ਟੇਲ ਐਂਡ ਰਿਪੇਅਰ ਐਂਡ ਪਾਰਟਸ ਦੇ ਇੰਦਰ ਜੀ ਤੇ ਨਵੀਂ ਗਿੱਲ ਵਰਿੰਦਰ ਸੋਨੀ ਤੇ ਬਲਦੇਵ ਗਿੱਲ। ਰੂਮੀ ਪਿੰਡ ਵਾਲਿਆਂ ਦਾ ਧੰਨਵਾਦ ਪ੍ਰੋਫੈਸਰ ਸਾਹਿਬ, ਆਓ ਦੇਖੋ ਜ਼ਿਲ੍ਹੇ ਬਰਨਾਲੇ ਦਾ, ਆਓ ਦੇਖ ਸਾਹਮਣੇ ਖੱਬੀ ਕੰਨੀ ਦੇ ਉੱਪਰ ਹਮਜ਼ਾ ਮਲਿਕ, ਆਓ ਚੌਧਰੀ ਬਾਬੂ ਰਸ਼ੀਦ ਵੀ ਵੇਖ ਰਹੇ ਨੇ, ਆ ਮੇਰੀ ਸਾਹ ਹਮਜ਼ਾ ਮਲਿਕ ਪਹਾੜ ਜੱਟਾ, ਪਰ ਸਾਹਮਣੇ ਉਧਰਲੇ ਪਾਸੇ ਆ ਜਾਂਦਾ ਸ਼ੂਕਦਾ ਨਾ ਜੋ ਰੁਕਿਆ ਬਿਲਕੁਲ ਹਮਜ਼ਾ ਦੇ ਸਾਹਮਣੇ, ਆ ਦਿਲ ਕੇ ਪੈਰ ਜਾਫੀ ਦੇ ਦੀ ਉਧਰਲੇ ਪਾਸੇ ਪੁਆਇੰਟ ਜਿਹੜਾ ਹੈ ਯੂਨਾਈਟਡ ਬ੍ਰਿੰਬਲ ਸਪੋਰਟਸ ਕਲੱਬ ਦਾ, ਇੱਕ ਪਾਸੇ ਇੰਟੈਰੀਓ ਕਬੱਡੀ ਕਲੱਬ ਹੈ ਲਾਡੀ ਸੁਹੂ ਤੇ ਉਹਨਾਂ ਦੀ, ਸ਼ੇਰੇ ਮੰਡੇਰ ਆ ਸਾਡੇ ਗੁਰਪ੍ਰੀਤ ਮਨਪ੍ਰੀਤ ਢੇਸੀ ਉਹਨਾਂ ਦੀ, ਤੇ ਦੂਜੇ ਪਾਸੇ ਪਿਸਟਲ ਦੀ ਰੇਡ ਦੇ ਸਾਹਮਣੇ ਚਾਰ ਜਾਫੀਆਂ ਵਿੱਚੋਂ ਅਰਸ਼ ਮਹਤੋਤਾ ਪਿੰਡ ਦਾ, ਔਰ ਗੋਦ ਵੀ ਮਹਤੋ ਦੀ ਹੈ, ਔਰ ਰੋਪੜ ਦੇ ਲਾਗੇ ਬੇਲਾ ਤੇ ਬੇਲੇ ਦੇ ਲਾਗੇ ਕਹਿੰਦੇ ਢਗਰਾਲੀ ਤੇ ਢਗਰਾਲੀ ਦੇ ਲਾਗੇ ਕਹਿੰਦੇ ਮਹਤੋਤਾ ਪਿੰਡ ਹੈ, ਮੁੰਡੇ ਦਾ ਬੜਾ ਮਸ਼ਹੂਰ ਆ, ਔਰ ਵੇਖੋ ਸਾਹਮਣੇ ਮੁਕਾਬਲਾ ਹੋ ਗਿਆ। ਆਹ ਮੇਰਾ ਡੋਨਾ ਆਫ ਕਬੱਡੀ ਨੇ ਖਾਣ ਵਾਲੀ ਜਿੰਦਰ ਵਾਂਗੂ ਹੰਦੇ ਵਾਲੇ ਪਾਸੇ ਨੂੰ ਮੁੜ ਕੇ ਵੇਖਿਆ, ਪਰ ਮੁੰਡਾ ਇਹ ਵਾਹ ਵੀ ਵਾਹ ਕੀ ਫੈਸਲਾ ਡੀਜੇ, ਬੜਾ ਹੀ ਔਖਾ ਸਮਾਂ ਹੈ, ਐਨ ਫੈਸਲੇ ਠੁਕ ਠੁਕ ਗਏ ਹੈ, ਔਰ ਨਹੀਂ ਤੇ ਰਿਵਿਊ ਦਾ ਚੱਕਰ ਜਿਹੜਾ ਪੈ ਜਾਂਦਾ ਮੈਚ ਰੁਕ ਜਾਂਦਾ। ਲਓ ਤੇਰੇ ਪਾਸੇ ਅਗਲੀ ਕਬੱਡੀ ਦੇਖੋ ਇਸ ਗਬਰੂ ਦੀ, ਅਲ ਮਦੀਨਾ ਜੂਲਰ, ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ, ਅਲ ਮਦੀਨਾ ਜੂਲਰ ਭਈਆ ਕੋਨੇ ਦੇ ਵਿੱਚ ਬਹੁਤ ਲਿਤਾਸੇ ਵੀ ਆ ਜੱਫੇ ਦਾ ਨਜ਼ਾਰਾ ਆ ਗਿਆ ਵੀ ਸਾਡੇ ਵਾਲੇ ਪਾਸੇ ਤਾੜੀਆਂ ਵੀ, ਹਮਜ਼ਾ ਮਲਿਕ ਨੇ ਲਾਤਾ ਜੱਫਾ, ਔਰ ਧਰਤੀ ਮਾਂ ਨੂੰ ਮੱਥਾ ਟੇਕਦਾ ਹੈ, ਹਮਜ਼ੇ ਹਮਜ਼ੇ ਵੈਰੀ ਗੁੱਡ ਗੇਮ ਪੁੱਤਰਾ, ਬਹੁਤ ਅੱਛੀ ਗੇਮ ਹੈ, ਔਰ ਅੱਲਾਹ ਤਾਲਾ ਦੀ ਮਿਹਰ ਹੈ। ਅੰਦਰੇ ਪਾਸੇ ਵੇਖਦਾ ਵੀ ਅਗਲੀ ਕਬੱਡੀ ਪਾਉਣ ਲੱਗਿਆ ਵੀ ਭੋਰੇ ਵਾਲਾ ਹੈਰੀ ਕਰਦੇ ਮੌਂਟਰੀਅਲ ਦੀ ਤੱਟ ਦੇ ਉੱਪਰ ਇਸ ਗਬਰੀ ਦੀ ਗੱਲ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਇਸ ਸਮੇਂ ਕਹਿੰਦੇ ਨਿੱਕਾ ਨਦੋਹਰ ਦੀ ਧਰਤੀ ਦਾ ਅੱਗੇ ਨੂੰ ਵਾਧਾ ਹੋਇਆ, ਪਹਿਲਾ ਸੈਮੀ ਫਾਈਨਲ ਮੈਚ ਹੈ, ਇਸ ਐਨ ਚੁਸਤੀ ਦੇ ਨਾਲ ਸ਼ੁਰੂ ਹੋਇਆ, ਲਓ ਵੇਖਣਾ ਵੀ ਹੁਣ ਕੌਣ ਘਰਿਆ ਧੌਣ ਦੇ ਉੱਤੇ ਹੱਥ ਵੱਜੀ ਹੋਈ ਕੈਂਚੀ, ਲੈ ਵੀ ਨੀਲਿਆ ਹੋ ਕੁੜੀ ਨੂੰ, ਵੇਖ ਵੀ ਪੁਆਇੰਟ ਕਿਹਦੇ ਹਿੱਸੇ ਜੁੜਦਾ, ਆਹ ਚੱਪਾ 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 ਚਰਖਾ ਵੱਜ ਗਈ ਪੁੱਠੀ ਕੇ ਮਾਰ ਕੇ ਪੁੱਠੀ ਵੱਲ 55 ਪੂਰਾ ਪੈਂਦਾ ਹੈ, ਨਿੱਕਾ ਨਦੋਹਰ ਵਾਲਾ ਕੀ ਕੌਮੀ ਖੇਡ ਰਹੇ ਗਈ ਮੰਤਰ ਜ਼ੋਰ ਲਗਾਉਣਾ ਪੈਂਦਾ ਹੈ, ਜੀਤ ਦੋ ਜਿਓ ਜੀ ਜ਼ੋਰ ਲਗਾਉਣਾ ਪੈਂਦਾ ਹੈ, ਆ ਜੱਸਾ ਫੇਰ ਆ ਗਿਆ ਨੌਜਵਾਨ,
ਕਿ ਜੇ ਖੇਡ ਕਬੱਡੀ ਖੇਡਣੀ ਹੋਵੇ ਚੋਰ ਜ਼ਰੂਰੀ ਹੈ, ਔਰ ਢੋਲ ਅਗੇ ਜੇ ਨੱਚਣਾ ਹੋਵੇ ਲੋਰ ਜ਼ਰੂਰੀ ਹੈ, ਔਰ ਜੇ ਸੱਪਾ ਸੰਗ ਰਹਿਣਾ ਹੋਵੇ ਯੋਗ ਜ਼ਰੂਰੀ ਹੈ। ਔਰ ਭਾਈ ਆਖਣ ਸਾਹਮਣੇ ਹੈ, ਔਰ ਦੇਖੋ ਸਾਹਮਣੇ ਵੱਧ ਚੜ੍ਹ ਕੇ ਨਾ ਜਾਣਾ ਨਵਾਂ ਨਗੋਰ ਔਰ ਬ੍ਰਿੰਟਨ ਦੀ ਇਸ ਟੀਮ ਦੇ ਵੱਡਾ ਢੋਲ ਲਾ ਕੀਤਾ ਹੈ, ਔਰ ਹੱਥ ਨਹੀਂ ਟਿਕਣ ਦਾ ਨੌਜਵਾਨ, ਔਰ ਘਿਓ ਪੀੜੇ ਬਾਲਦਾ ਦੇ ਵਾਂਗੂ ਪ੍ਰਾਣੀ ਨਹੀਂ ਟਿਕਣ ਦਾ ਨੌਜਵਾਨ, ਬਹੁਤ ਸੋਹਣਾ ਬਣ ਲੇਗੀ ਵਾਪਸ ਜੱਸਾ ਪਰਸਨਪੁਰੀ ਆ ਅਗਲੀ ਰੇਟ ਹੈਰੀ ਦੇਖ ਭਰਵੇਂ ਜੱਸੇ ਵਾਲਾ ਕੌਣ ਜਾ ਰਿਹਾ ਪੁੱਤਰਾ ਦੱਸੀ ਮੈਂ ਕਹਿ ਬਾਕੀ ਸਮਾਣੇ ਵਾਲਾ ਛੋਟਾ ਸਮਾਣਾ ਤੇ ਵੱਡਾ ਸਮਾਣਾ ਦੋ ਪਿੰਡ ਪੈਂਦੇ ਹੈ। ਆਓ ਵੇਖੋ ਸਾਹਮਣੇ ਛੋਟੇ ਸਮਾਣੇ ਦਾ ਬਣੀ ਫਿਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਉਧਰ ਵੇਖਣਾ ਵੀ ਯਾਦਾਂ ਤੇ ਨਾਲ ਹੁਣ ਕਹਿੰਦੇ ਇੱਕੋ ਏਰੀਏ ਦੇ ਕਿ ਇੱਕ ਹੀ ਤੀਰਥ ਹੈ ਹਿੰਦ ਮੈਂ ਯਾਤਰਾ ਕੇ ਲਈ ਜਹਾਂ ਕਟਵਾਏ ਬੇਟੇ ਬਾਪ ਦੇ ਖੁਦਾ ਕੇ ਲਈ ਇਹ ਚਮਕੌਰ ਸਾਹਿਬ ਦੇ ਏਰੀਏ ਦਾ ਹਰ ਛਕਾਈ ਕਰਦਾ ਪਰ ਉਸੇ ਏਰੀਏ ਦਾ ਨੌਜਵਾਨ ਬਣੀ ਆਪਣੀ ਟੀਮ ਦੇ ਇਸੇ ਗੱਲ ਦਾ ਵਾਅਦਾ ਕਰਦਾ ਹੋਇਆ ਕਬੱਡੀ ਪਾਉਣ ਦੇ ਲਈ ਫਿਰ ਅੱਗੇ ਨੂੰ ਵਾਅਦਾ ਹੋਇਆ ਭੋਲਾ ਸੰਧੂ ਜੀ ਸਾਡੇ ਰਾਜਾ ਸੰਘਾ ਜੀ ਆਹ ਦੇਖੋ ਸਾਹਮਣੇ ਆਹ ਕਹਿੰਦੇ ਹੁੰਦੇ ਆ ਵੀ ਭਿੰਡਰਾਂ ਵਾਲੀ ਦੀ ਪਈ ਹੋਈ ਰੇਡ ਹੈ ਆਹ ਕਪੂਰਥਲੀਆ ਕਰਦਾ ਕੋਸ਼ਿਸ਼ ਪਰ ਨੌਜਵਾਨ ਮੁਕਾਬਲਾ ਹੋਊਗਾ ਹੁਣ ਆਹ ਦੇਖੋ ਸਾਹਮਣੇ ਆਹਮਣੇ ਸਾਹਮਣੇ ਬਾਬਰ ਸ਼ੇਰਾਂ ਦੀ ਟੱਕਰ ਹੋਈ ਪਈ ਹੈ ਔਰ ਭੱਜਦੇ ਹਿੱਕ ਵਿੱਚ ਧੱਫੇ ਔਰ ਪਾਣ ਜੀ ਨੇ ਯੂਨਾਈਟਡ ਵਿਮਨ ਸਪੋਰਟਸ ਕਲੱਬ ਦਾ ਔਰ ਸਾਰੀ ਸੰਗਤ ਦਾ ਫਿਰ ਧੰਨਵਾਦ ਹੈ ਕਿ ਜਦੋਂ ਲੰਡਨ ਦੇ ਵਿੱਚ ਕੱਪ
ਪਾਉਣਾ ਉੱਥੇ ਦੋ ਬੁਲਟ ਮੋਟਰਸਾਈਕਲ ਜਿਹੜੇ ਡਰਾਂ ਵਿੱਚ ਕੱਢੇ ਜਾਣੇ ਆ ਸੰਗਤ ਵਾਸਤੇ, ਪਰ ਨਾਲ ਹੀ 10 ਮੁੰਦਰੀਆਂ ਔਰ 10 ਚੇਨੀਆਂ ਤੇ 50 ਬਰੇਸਲੈਟ ਜਿਹੜੇ ਹੈ, ਨਾਲ ਹੀ ਸੁਰਜੀਤ ਕਕਰਾਲੀ ਤੇ ਅਮਨ ਲੋਕੋ ਜੀ ਦਾ ਉੱਥੇ ਮਾਨ ਸਨਮਾਨ ਜਿਹੜਾ ਹੈ ਹੋਵੇਗਾ, ਵੱਡਾ ਮਾਨ ਸਨਮਾਨ ਸੋਨੇ ਦੇ ਮੈਡਲ ਦੇ ਨਾਲ। ਉੱਧਰਲੇ ਪਾਸੇ ਵੀ ਕਿਤੇ ਵੀ ਸਾਹਮਣੇ ਇੰਜੀਨੀਅਰ ਔਰ ਕਾਬਲ ਦੇ ਜਿਵੇਂ ਜੰਮਿਆਂ ਨੂੰ ਨਿੱਤ ਮਹਿਮਾਨ ਹੈ ਇੰਦਰਜੀਤ ਕਿੱਥੇ ਜਾ ਪਾਉਂਦਾ ਔਰ ਚੁੱਕੀ ਆਉਂਦਾ ਟੈਡੀਓ ਕਬੱਡੀ ਕਲੱਬ ਲਈ ਓਕੇਸੀ ਲਈ ਪੁਆਇੰਟ ਦੇ ਪੁਆਇੰਟ ਲੋਕਾਂ ਗੋਲੀਆਂ ਜੀ ਰਾਣਾ ਸਿੱਧੂ ਜੀ ਜਿਹੜੇ ਨਾਲ ਬੈਠੇ ਹੈ ਔਰ ਆਪ ਜੀ ਨਾਲ ਮੈਚ ਵੇਖੀ ਜਾ ਰਹੇ ਨਾਲ 3 ਤਰੀਕ ਦੇ ਕੱਪ ਦੀਆਂ ਗੱਲਾਂ ਜਿਹੜੀਆਂ ਉਹ ਵੀ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਮਿੱਤਰ ਸੱਜਣਾਂ ਨਾਲ। ਵੀਰ ਸਿੰਘ ਜੀ ਟਵਾਲ ਵੀ ਨਿਊਜ਼ੀਲੈਂਡ ਤੋਂ ਇੱਕ ਵੱਖਰਾ ਪਲੇਟ ਪਰ ਮਥੁਰਾ ਸਟੇਡੀਅਮ ਔਰ ਵਰਲਡ ਲੈਵਲ ਤੇ ਆਰਗੇਨਾਈਜੇਸ਼ਨ ਹੋਵੇਗੀ। ਉਹ ਛਰਨੇ ਹੈ ਉਹ ਛਰਨੇ ਹੈ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡੀ ਹੈਰੀ ਇਹਦੇ ਵਿੱਚ ਕੁਲਵੀਰ ਯੂਕੇ ਸੋਢੀ ਹੁੰਦਾ ਰਣਜੀਤ ਢੱਡਾ ਲਾਲੀ ਢੇਸੀ ਠੀਕਾ ਕਦੋਲਾ ਹਰੇਕ ਕਰਿਆ ਦਾਲੋ ਤੇ ਅਮਨਪ੍ਰੀਤ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਆਹ ਪਿਸਟਲ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੈ ਤੇ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਓਕੇਸੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਗਿਆ ਵੱਡੀ ਰੇਡ ਪਾਉਣ ਦੇ ਲਈ। ਲਓ ਵੇਖਦੇ ਵੀ ਹੁਣ ਕੌਣ ਚਾਰ ਜਾਫੀ ਨੇ ਓਕੇਸੀ ਦੀ ਟੀਮ ਦੇ। ਪਹਿਲਾ ਸੈਮੀ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਆਈ ਵੀ ਕਬੱਡੀ ਤੇ ਜਲਾਲਪੁਰੀਆ ਪਾਲਾ ਵੇਖਦਾ ਵੀ ਹੁਣ ਐਸ ਦੇ ਜੂੜ ਚੱਕਿਆ ਸਵਰਨਾ ਵੈਲੀ ਫੈਸਲਾ ਕਰ ਗਿਆ ਵੀ ਪੁਆਇੰਟ ਧਾਵੀ ਦੇ ਹਿੱਸੇ ਜੁੜ ਗਿਆ ਪੁਆਇੰਟ ਯੂਨਾਈਟਡ ਬ੍ਰਹਮਪੁਰ ਦੀ ਟੀਮ ਦੇ ਹਿੱਸੇ। ਕਹਿੰਦੇ ਭੋਲੇ ਵਾਲੀਏ ਬਿੱਟੂ ਦਾ ਵੱਡਾ ਧੰਨਵਾਦ ਜਸਵੀਰ ਸਿੰਘ ਜੀ ਢਿੱਲੋਂ ਸਾਹਿਬ। ਆਓ ਵੇਖੋ ਵੀ ਹੁਣ ਕੌਣ ਤੁਹਾਡੀ ਟੀਮ ਦਾ ਨੌਜਵਾਨ ਕਹਿੰਦੇ ਵੀ ਟਰਾਈ ਕਰੂਗਾ ਤੇ ਰਪਰਿੰਦਰ ਪਿਸਟਲ ਦੀ ਕਬੱਡੀ ਪ੍ਰੋਫੈਸਰ ਸਾਹਿਬ ਕਰ ਦਿਓ ਗੱਲ ਉਧਰਲੇ ਪਾਸੇ ਫਿਰ ਨੌਜਵਾਨ ਦਾ ਇਸ ਟੈਲੀ ਦੇ ਵਿੱਚ ਦੂਸਰਾ ਟੂਰਨਾਮੈਂਟ ਹੈ ਵਰਿੰਦਰ ਸਿੰਘ ਨਾਮ ਹੈ ਔਰ ਜ਼ਿਲ੍ਹਾ ਮੋਗਾ ਦੇ ਪਿੰਡਰਾ ਪਿੰਡ ਦਾ ਨੌਜਵਾਨ ਜਿਹੜਾ ਦੇਖੋ ਸਾਹਮਣੇ ਨਾਲ ਹੀ ਸਿੱਧਵਾ ਹੈ ਨਾਲ ਹੀ ਕਿਸ਼ਨਪੁਰ ਹੈ ਔਰ ਦੇਖਦਾ ਵੀ ਸਾਹਮਣੇ ਔਰ ਸਾਹਮਣੇ ਚੌਂ ਵਿੱਚੋਂ ਕਿਹਨੂੰ ਚੁਣਦਾ ਹੈ ਔਰ ਉਧਰੇ ਪਾਸੇ ਕੀ ਫੈਸਲਾ ਨੀਤਾ ਜੀ ਕੀ ਫੈਸਲਾ ਤੁਹਾਡਾ। ਵਾਹ ਬਾਈ ਵਾਹ ਪਾਸੇ ਧੂਲ ਗੋਲੀਆਂ ਤਿਆਰ ਹੈ ਦੂਸਰੀ ਵਜੀ ਤੀਜੀ ਵਜੀ ਚੌਥੀ ਵਜੀ ਹੋਰ ਪੱਟ ਦਿਖਾ ਕੇ ਪੱਟਾਂ ਦੇ ਹੱਥ ਫੇਰਿਆ ਉਹ ਬਣ ਗਿਆ ਕਲੈਰੀ ਮੋਰ ਔਰ ਧੂਲ ਗੋਡੀਆਂ ਨਹਿਰੀ ਸਾਹ ਤੇਰੀਆਂ ਹੈ ਮਲੇਰਕੋਟਲਾ ਜਿਹੜਾ ਉਧਰਲੇ ਪਾਸੇ ਪਾਲਾ ਤੇ ਉਧਰੇ ਪਾਸੇ ਨੌਜਵਾਨ ਬਹੁਤ ਸੋਹਣਾ ਪੜ ਲੈ ਗਏ ਬਾਬਤ ਨਵੀਂ ਭਰਪੋਰੇ ਵਾਲਿਆਂ ਦੇਖ ਮੋਟਾ ਕਬੱਡੀ ਪਾਉਣ ਲਈ ਉਹ ਹੰਗ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਇਹਨੂੰ ਬਾਗਾਂ ਵਾਲੇ ਸ਼ਹਿਰ ਦੇ ਇਲਾਕੇ ਦਾ ਕਹਿੰਦੇ ਹੈ ਅਮਰਜੀਤ ਸਿੰਘ ਜੀ ਸਿੱਧੂ ਸਾਹਿਬ ਮੈਨੇਜਰ ਸਾਹਿਬ ਆਨੰਦ ਮਾਣ ਰਿਹਾ 1991-92-93 ਦੀ ਕਬੱਡੀ ਦੇ ਮੈਨੇਜਰ ਕਰੀ ਮੈਂ ਗੱਲ ਕਰੂੰਗਾ ਇਹ ਕਹਿੰਦੇ ਬਲਵਿੰਦਰ ਭੀਮ ਦੀ ਕਬੱਡੀ ਦਾ ਵਾਪਸ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਵੇਖੋ ਸਾਹਮਣੇ ਕਹਿੰਦੇ ਸਹੇੜੀ ਵਾਲੇ ਪੀਪੇ ਦੀ
ਮੇਜਰ ਦੀਆਂ ਗੱਲਾਂ ਵੱਖਰੀਆਂ ਤੇ ਸਾਹਮਣੇ ਹੁਣ ਵੇਖਣਾ ਵੀ ਨੌਜਵਾਨ ਚੀਤਾ ਤਲਵੰਡੀ ਵਾਲਾ ਕਾਈ ਕਾਤਾ ਤੇ ਵੱਡੀ ਸਮਾਣੇ ਵਾਲਾ ਗੋਦਰ ਨਵਯੋਤ ਸਿੰਘ ਸ਼ਮਸ਼ੇਰ ਪੰਗੂ ਸਮਾਨਵੇ ਫੈਡ ਸਿਸਟਮ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਰਾਜਵਿੰਦਰ ਕੂਨਰ ਜੀ ਆਖਦੇ ਵੀ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ। ਲਓ ਵੇਖੋ ਸਾਹਮਣੇ ਵੀ ਪਹਿਲੀ ਕਬੱਡੀ ਜਲਸਾ, ਇੱਕ ਸਿੱਧਵਾ ਵਾਲਾ, ਲਓ ਇੱਕ ਆਹ ਖਿਡਾਰੀ ਵੀ ਜਿਹਨੇ ਹੁਣ ਕਬੱਡੀ ਪਾਈ ਹੈ, ਇੱਕ ਮੰਡੀਆਂ ਵਾਲਾ, ਆਹ ਸਾਹਮਣੇ ਕੋਈ ਵੀ ਕਬੱਡੀ ਦੇ ਉੱਤੇ ਹੁਣ ਵੇਖਣਾ ਵੀ ਕੌਣ ਇਸ ਵੇ ਹਲਕਾ ਟੱਚ ਤੇ ਉਹ ਪੁਆਇੰਟ ਇਸ ਵੇ ਯੂਨਾਈਟਡ ਬ੍ਰਾਂਟਨ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਵੇ ਨੌਜਵਾਨ ਟਿੱਕਾ ਨਦੋਹੜ ਵਾਲਾ ਪਹਿਲੇ ਸਾਲ ਆਇਆ ਔਰ ਬੜਾ ਤਕੜਾ ਖੇਡਿਆ ਹੈ ਨੌਜਵਾਨ। ਲਓ ਹੁਣ ਵੇਖਦੇ ਵੀ ਕਬੱਡੀ ਪਾਉਣ ਦੇ ਲਈ ਇਸ ਵੇ ਅੱਗੇ ਨੂੰ ਵਾਧਾ ਹੋਇਆ ਹੈ। ਉਧਰ ਅਰਸ਼ ਕਹਿੰਦੇ ਬਰਸਾਲ ਪੁਰੀਆ ਨਾਲ ਵੇਖਦਾ ਵੀ ਜਾਂਦਾ ਨਾਲ ਲਵਲੀ ਮਹਿਮਦ ਵਾਲੀਆ ਔਰ ਸਾਹਮਣੇ ਪਈ ਕਬੱਡੀ ਦੇ ਉੱਤੇ ਇਹ ਕਹਿੰਦੇ ਵੀ ਕਬੱਡੀ ਦਾ ਨਵਾਂ ਪਹਾੜ ਇਸ ਵੇ ਵੇਖਦਾ ਵੀ ਜਾਂਦਾ ਔਰ ਸਰਪੰਚ ਸੁਰਖਪੁਰੀਆ ਯੂਦੇ ਦਾ ਵੀਰ ਕਰਦਾ ਟਰਾਈ ਇਸ ਵੇ ਡੀ ਦੇ ਉੱਤੇ ਮੁਕਾਬਲਾ ਹੁੰਦੀ ਮੇਰੇ ਬੜੀ ਪੰਜਾਬ ਦੀ ਬਣੀ ਏ ਬੱਲੇ 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 ਆਓ ਅੰਦਾਜ਼ਾ ਵੀ ਹੁਣ ਪੁਆਇੰਟ ਏ ਆਓ ਗ੍ਰਿਲ ਗਿੱਲ ਟਰੱਕ ਐਂਡ ਟ੍ਰੇਨਰ ਅਪੀਅਰ ਇੰਦਰਜੀਤ ਦੀ ਗੱਲ ਤੇ ਨਵੀਂ ਗੱਲ ਉਹਨਾਂ ਵੱਲੋਂ ਸਾਡੇ ਵੀਰ ਅਮਨ ਲੋਪੋ ਦਾ ਗੋਲ ਮੈਡਲ ਦੇ ਨਾਲ ਦੇ ਨਾਲ ਸੁਰਜੀਤ ਸਿੰਘ ਗਰਾਲੀ ਹੋਰਾਂ ਦਾ ਹਰ ਕਹਿੰਦੇ ਵੀ ਕੀਤਾ ਜਾਵੇਗਾ। ਲਓ ਸਾਹਮਣੇ ਮਾਨਸੂਰ ਗੋਲ ਮੈਡਲ ਦੇ ਨਾਲ ਤੇ ਤਰੀਕ ਨੂੰ ਗੱਲਾਂ ਹੋ ਗਿਆ ਆਹ ਪ੍ਰੋਫੈਸਰ ਸਾਹਿਬ ਜਲਾਲਪੁਰੀਆ ਕਰੇ ਹੋ ਗਏ ਰੂਮੀਨਾ ਟੂਰਨਾਮੈਂਟ ਕਬੱਡੀ ਦਾ ਰੂਮੀਨਾ ਟੂਰਨਾਮੈਂਟ ਹਾਕੀ ਦਾ ਬੜਾ ਮਸ਼ਹੂਰ ਹੈ ਇੰਦਰਜੀਤ ਸਿੰਘ ਨਵੀਂ ਗੱਲ ਅਮਰੀ ਸਾਹਿਬ ਜੀ ਗਰਾਉਂਡ ਆਏ ਹੈ ਅਮੀ ਢੋਲਣਾ ਤੇ ਕਮਾਲਪੁਰਾ ਹੈ ਅਮਰਜੀਤ ਸਿੰਘ ਹੰਤਰਾਜਾ ਦੇ ਕਮਾਲਪੁਰੇ ਦੇ ਟੂਰਨਾਮੈਂਟ ਦੇ ਹੈ ਜਿਹੜੇ ਬੋਰਡ ਹੈ ਸਰ ਫਾਰੂ ਟਰੈਕ ਹੈ ਮੇਰਾ ਖਿਆਲ ਹੈ ਵੀ ਨਵੇਂ ਦਿੱਤੇ ਜਾਣਗੇ ਫਾਰੂ ਟਰੈਕ ਜਿਹੜੇ ਨਵੇਂ ਦਿੱਤੇ ਜਾਣਗੇ ਉਧਰਲੇ ਪਾਸੇ ਫਿਰ ਵਰਿੰਦਰ ਦੀ ਪਈ ਹੋਈ ਰੇਡ ਇੱਕ ਗਰਾਂ ਦੇ ਲਾਗੇ ਛੋਟੇ ਰੋੜਕੇ ਦਾ ਵਰਿੰਦਰ ਬਹੁਤ ਸੋਹਣੀ ਕਬੱਡੀ ਖੇਡਿਆ ਇੱਕ ਵਰਿੰਦਰ ਜਿਹੜਾ ਜਾਫੀ ਹੋਇਆ ਮਾਲਵੇ ਦਾ ਬਹੁਤ ਮਸ਼ਹੂਰ ਤੁਹਾਡੇ ਸਾਹਮਣੇ ਮੈਦਾਨ ਦੇ ਅੰਡਰ 21 ਦੇ ਸਾਰੇ ਖਿਡਾਰੀ ਔਰ ਟੌਪ ਦੀ ਰੇਡ ਖੇਡੇ ਬਲਜੀਤਨ ਸਿੰਘ ਬਹੁਤ ਵਧੀਆ ਕਬੱਡੀਆਂ ਪਾਈਆਂ ਪੁੱਤਰਾ ਬਲਜੀਤਨ ਸਿੰਘ ਬਹੁਤ ਸੋਹਣੀਆਂ ਰੇਡਾਂ ਪਾਈਆਂ ਇੱਧਰ ਸਾਡਾ ਛੋਟੇ ਦੁੱਲੇ ਸਾਹਿਬ ਉੱਧਰ ਗੁਰਸੇਵਕ ਸਿੰਘ ਜੀ ਸੇਵਾ ਜੀ ਦੁੱਲੇ ਸਾਹਿਬ ਪ੍ਰਤਾਪੇ ਵਾਲੇ ਉਹ ਵੀ ਉਡੀਕਦੇ ਆ ਵੀ ਸਾਡੇ ਤੋਂ ਅੱਧੀ ਘੰਟੇ ਤੇ ਕਹਿੰਦੇ ਹੁੰਦੇ ਆ ਵੀ ਲੰਡਨ ਹੈ 10 ਮਿੰਟ ਦੇ ਬੋਲ ਸਟੋਕ ਹੈ ਔਰ ਸਾਰੇ ਖਿਡਾਰੀਆਂ ਨੂੰ ਕਹਿੰਦੇ ਅਸੀਂ ਕਹਿੰਦੇ ਵੀ ਸਾਡੀ ਚਾਹ ਪਾਣੀ ਪੀ ਕੇ ਜੀ ਜਾਇਓ ਸੇਵਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਗੱਲਬਾਤ ਇਕਬਾਲ ਸਿੰਘ ਜੀ ਗੱਲ ਇਸੀ ਤੇ ਆਏ ਹੈ ਬੀਡੀ ਬਰਨਸਟਾਮੀਆ ਤੋਂ ਮਧਾਣੀ ਦੇ ਸਾਡੇ ਸੁਖੀ ਚੰਦੀ ਜੀ ਦਾ ਬਹੁਤ ਧੰਨਵਾਦ ਹੈ ਏ ਐਮ ਜੀ ਗਲੋਬਲ ਵਾਲਿਆਂ ਦਾ ਧੰਨਵਾਦ ਹੈ ਕੇਵਲ ਇੰਸ਼ੋਰੈਂਸ ਦਾ ਬਹੁਤ ਬਹੁਤ ਧੰਨਵਾਦ ਹੈ ਟੌਪ ਟਰੱਕ ਸੇਲ ਦਾ ਧੰਨਵਾਦ ਹੈ ਜੋ ਹਾਫ ਸਮੇਂ ਦੇ ਪਾਰਟ ਨੇ ਯੂਨਾਈਟਡ ਮੈਂਬਰ ਸਪੋਰਟਸ ਕਲੱਬ ਦੇ ਪਾਰਟ ਨੇ ਸਾਡੇ 23 ਪਾਰਟ ਨੇ ਓਕੇਸੀ ਕਲੱਬ ਦੇ ਪਾਰਟ ਨੇ 17 ਹਾਫ ਸਮੇਂ ਦੇ ਸਾਡੇ 23 ਤੇ 17 ਦਾ ਮੋਰਸ਼ਨਾ ਰਾਤ ਹਾਥਾਵੇਂ ਦੁਧਾਵਾ ਜਿਹਨਾਂ ਰਿੱਜ ਦੀ ਖੀਰ ਵੀ ਹੈ ਲਓ ਲੈਟਸ ਹੈਵ ਏ ਬਿਗ ਕਲੈਪਿੰਗ ਫਾਰ ਅਮਰ ਢੇਸੀ ਸੁਹਾਗ ਜਿਹਨਾਂ ਜਲੰਧਰ ਦਾ ਸ਼੍ਰੀ ਭਲਵਾਨ ਦਾ ਪੁੱਤਰ ਹੈ ਜਿਹਨਾਂ ਦਾ ਅਖਾਣਾ ਵੀ ਹੈ ਵੈਨਕੂਵਰ ਦੇ ਵਿੱਚ ਵੱਡਾ ਅਖਾਣਾ ਹੈ ਸੋ ਗੁੱਡ ਵਿਸ਼ੇਸ ਕਿ ਅਮਰ ਢੇਸੀ ਜਿਹੜਾ ਸਾਡਾ ਸਾਨੂੰ ਜਲਦੀ ਸੂਚਨਾ ਆਵੇ ਪੈਰਿਸ ਤੋਂ ਦੁਨੀਆ ਦੇ ਖੂਬਸੂਰਤ ਸ਼ਹਿਰ ਜਿੱਥੇ ਕੱਲ੍ਹ ਓਲੰਪਿਕ ਗੇਮ ਦਾ ਜਿਹੜਾ ਹੈ ਓਪਨਿੰਗ ਸੈਰੇਮਨੀ ਹੋ ਗਈ ਹੈ
ਇਸ ਖਿਡਾਰੀ ਨੇ ਵੀ ਨਿੱਕੇ ਹੀ ਮੋਟਰਸਾਈਕਲ ਦਿੱਤੇ ਆ। ਕਬੱਡੀ ਪੁਆਇੰਟ ਆ ਜਿਹੜਾ
ਬੰਨੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਅਗਲੀ ਰੇਡ ਬਾਕੀ ਟਿੱਬੇ ਦੀ ਤੇ ਕਮਾਲ ਗੱਲ ਕਰੋ, ਤਾਂ ਬਾਕੀ ਵੀ ਕਬੱਡੀ ਇਸ ਸਮੇਂ ਮੈਦਾਨ ਦੇ ਵਿੱਚ ਪੈ ਗਈ ਹੈ। ਉਧਰ ਰੈਂਬੋ ਸਿੱਧੂ ਜੀ ਕਹਿੰਦੇ ਵੀ ਜਬ 3 ਅਗਸਤ ਲੰਡਨ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ, ਪੰਜਾਬ ਕੇਸਰੀ ਕਲੱਬ ਪੀਸੀ ਵੱਲੋਂ ਵੱਡੇ ਸਹਿਯੋਗ, ਪਰ ਇਸ ਸਮੇਂ ਪਾਲਾ ਕੋਸ਼ਿਸ਼ ਕਰ ਰਿਹਾ 31,000 ਰੁਪਏ ਦੇ ਵੱਡੇ ਜਿਹੜੇ ਸਹਿਯੋਗ ਹੋਣਗੇ। ਜੈਨ ਕੋਜਰਾ ਜੀ, ਬੱਬੀ ਸਿੱਧੂ, ਭੋਲਾ ਸੰਧੂ, ਰਾਜਾ ਸੱਗਾ, ਤਾਜ ਕੇਸੀ, ਮਨਜੀਤ ਢੀਂਸਾ ਤੇ ਸੁੱਖਾ ਗਿੱਲ, ਉਹਨਾਂ ਦੀ ਸਾਰੀ ਟੀਮ ਜਿਹੜੀ 31,000 ਰੁਪਏ ਦੇ ਵੱਡੇ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ। $31,000 ਦੇ ਸਹਿਯੋਗ ਹੋਣਗੇ, $31,000 ਦੇ ਸਹਿਯੋਗ ਹੋਣਗੇ, ਤਾਂ ਧੰਨਵਾਦ ਹੈ। ਅੱਜ ਸਮੇਂ ਕੋਈ ਵੀ ਅਗਲੀ ਕਬੱਡੀ ਮੈਦਾਨ ਦੇ ਵਿੱਚ ਹੈ, ਵੱਡਾ ਕਬੱਡੀ ਕੱਪ ਹੋਵੇਗਾ ਯੰਗ ਕਬੱਡੀ ਕਲੱਬ ਦਾ, ਲੰਡਨ ਸ਼ਹਿਰ ਦੇ ਵਿੱਚ ਵੱਡੀ ਰੌਣਕ ਲੱਗੇਗੀ। ਮਾਨਸਾ ਪੂਰੀ ਟੀਮ ਅੱਜ ਪੱਪਾ ਭਾਰ ਹੈ, ਟਿਕਟਾਂ ਵੀ ਜਿਹੜੀਆਂ ਸੇਲ ਹੋ ਰਹੀਆਂ ਨੇ। ਉਧਰ ਨਾਮ ਦੀ ਨਾਲ ਧੰਨਵਾਦ ਹੈ ਜੀ ਸੀ ਹਰਮਨ ਗਰੁੱਪ, ਹਰਮਨ ਟਰਾਂਸਪੋਰਟ ਦਾ ਰਾਇਲ ਆਫਿਸ, ਜੇਬੀ ਟਰਾਂਸਪੋਰਟ, ਯੂਨਾਈਟਡ ਗਰੁੱਪਸ ਆਫ ਕੰਪਨੀਜ਼, ਆਟੋ ਵਾਹਨ ਦਾ ਨਾਮ ਦੀ ਨਾਲ ਰੀਫਰ ਸੇਲਸ, ਏਸ਼ੀਅਨ ਫੂਡ ਇੱਕ ਪੀਜ਼ੇ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਜਿਹਨਾਂ ਨੇ ਵੱਡੀ ਸੇਵਾ ਜਿਹੜੀ ਅੱਜ ਪੀਜ਼ੇ ਦੀ ਕੀਤੀ ਹੈ। ਜੁੜੀਏ ਅੱਜ ਸਮੇਂ ਗੁਰਦੀਪ ਸਿੰਘ ਧੂਰੀ ਦੀ ਖੇਡ ਮੈਦਾਨ ਦੇ ਵਿੱਚ ਪੁੱਜੀ ਕਬੱਡੀ ਦੇ ਨਾਲ, ਸਾਰੇ ਭਰਾਵਾਂ ਦਾ ਪੁੱਜੀ ਹੋਈ ਸੰਗਤ ਨਾਲ ਹਲਕੇ ਪੈਰ ਉੱਖੜੇ ਆ, ਫਿਰ ਸੱਪੜ ਗਿਆ ਔਰ ਛਾਵੇਂ ਨਾਲ ਨਾਲ ਚੱਲ ਰਿਹਾ। ਵੱਡੀ ਫੈਡਰੇਸ਼ਨ ਆਫ ਅੰਟਾਰੀਓ ਦੇ ਯੂਟਿਊਬ ਚੈਨਲ ਦੇ ਉੱਪਰ ਦੁਨੀਆ ਦੇਖ ਰਹੀ ਆ ਵੀ ਟੱਕੋ ਵਾਲਾ ਸ਼ਰਮਾ ਇਸ ਸਮੇਂ ਧੂਰੀ ਨੇ ਆਪਣੇ ਹੱਥ ਕਰਦਾ ਤੇ ਔਰ ਚੱਲਿਆ। ਉਧਰ ਵੀ ਐਵੇਂ ਨੀ ਕਿਸੇ ਗੱਲ ਤੋਂ ਨਾਲਾ ਨਾਲਾ ਹੋਈ ਹੈ, ਪੈਂਦੇ ਬਿਨਾਂ ਢੋਲ ਤੋਂ ਭੰਗੜੇ, ਦੁਨੀਆ ਵੇਖ ਕੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਡਾ ਜੱਸੀ ਸਰਾਏ ਦੀ ਐਕਸ਼ਨ ਆਟੋ ਬਾਡੀ ਅੱਜ ਪੱਪਾ ਭਾਰ ਨੇ ਪੂਰੀ ਟੀਮ ਇਹਨਾਂ ਦੀ ਬਿੱਲਾ ਸੰਧੂ ਜੀ, ਰੈਂਬੋ ਸਿੱਧੂ, ਪੱਪਾ ਭਾਰ ਨੇ ਰੈਂਬੋ ਦੇ ਭੱਜੇ ਆ ਰਹੇ ਆ ਇਸ ਕਬੱਡੀ ਕੱਪ ਦੇ। ਅਗਲੀ ਕਬੱਡੀ ਜਿੱਧਰ ਕੀਪਰ ਟਾਟਾ ਸਾਡਾ ਵੀਰ ਮਿਸ਼ੀਗਨ ਤੋਂ ਆਇਆ ਵਿਸ਼ੇਸ਼ ਤੌਰ ਤੇ, ਵਿਸ਼ੇਸ਼ ਜੀ ਧੰਨਵਾਦ ਨੇ ਸੁੱਖੇ ਰੁਤਾਵੇ ਦੇ ਨਾਲ ਯਾਰੀਆਂ ਦੇ, ਕੋਈ ਕਟਾਰ ਦੇ ਤੇ ਜਸਪਾਲ ਬਹੂਰੀਆ ਜੀ ਪੁੱਜੇ ਹੋਏ ਆ, ਮੈਂ ਵੀ ਪਰਚਾ ਕਰ ਦੇਗਾ। ਇਧਰ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਗੱਭਰੂ ਇਸ ਵੇਲੇ ਧੂਰਕੋਟ ਵਾਲਾ ਕਾਲਾ ਜਲਾਲਪੁਰੀਆ ਬਲਵੀਰ ਸਿੰਘ ਪਾਲਾ ਟੱਪੋ ਦਾ ਸ਼ਰਨ, ਕਿਆ ਕਹਿੰਦੇ ਨੌਜਵਾਨ ਸਿੱਧੂ ਪਰਿਵਾਰ ਦਾ ਇਸ ਵੇਲੇ ਪਰ ਪੁਆਇੰਟ ਧੂਰਕੋਟ ਵਾਲਾ ਕਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ। ਵੱਡੂ ਪੁਲੀਸ ਸਿੰਘ, ਜਗਦੀਪ ਕਾਕਾ, ਰੀਮੈਕਸ ਬਿੰਦੂ ਪੋਤਰਾ, ਸਾਡੇ ਵੀਰ ਕਮਲ ਚੀਕੇ ਹੁਣਾਂ ਦਾ, ਸੁਰਿੰਦਰ ਬਾਗ, ਨਾਨਾ ਰੂਮੀ, ਦੋਨੀ ਰੂਮੀ, ਦਵਿੰਦਰ ਤੂਰ ਜਗਰਾਓ, ਗਿੱਲ ਟਰੈਕ ਟ੍ਰੇਨਰ ਪੇਡਰ ਪਾਰਕ ਦੇ ਇੰਦਰਜੀਤ ਗਿੱਲ, ਰਵੀ ਗਿੱਲ ਹੋਣਾਂ ਦਾ ਧੰਨਵਾਦ। ਪਰ ਵੇਖੀਏ ਨੌਜਵਾਨ ਮੱਲੇ ਵਾਲੇ ਜੀਰੇ ਦਾ ਯਾਰ ਤਲਵੰਡੀ ਚੌਧਰੀਆਂ ਵਾਲਾ ਜੀਤਾ, ਪਰ ਪੁਆਇੰਟ ਆ ਜਿਹੜਾ ਸਮਾਨੇ ਵਾਲਾ ਬੰਨੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਵਰਿੰਦਰ ਫੌਜੀ ਤੇ ਬਲਦੇਵ ਗਿੱਲ ਹੋਣਾਂ ਦਾ ਧੰਨਵਾਦ। ਓਕੇਸੀ ਦੀ ਟੀਮ ਦੇ 11 ਸੁਪਰ ਮਾਰਕੀਟ ਦੇ ਬਿੱਲਾ ਪਿਆਰਾ ਜੀ, ਰਾਣਾ ਪਿਆਰਾ ਜੀ, ਗੁਰਦੇਵ ਸਿੰਘ ਹੋਣਾਂ ਦਾ, ਸਾਡੇ ਸੋਤੇ ਹੋਣਾਂ ਦਾ, ਹੈਪੀ ਸੋਤੇ ਹੋਣਾਂ ਦਾ, ਮਨਪ੍ਰੀਤ ਢੇਸੀ ਹੋਣਾਂ ਦਾ, ਮੇਰੇ ਮੰਡੇਰ ਹੋਣਾਂ ਦਾ, ਸੁੱਖੇ ਮੰਡੇਰ ਹੋਣਾਂ ਦਾ, ਗੁਰਪ੍ਰੀਤ ਢੇਸੀ ਹੋਣਾਂ ਦਾ। ਪਰ ਵੇਖੀਏ ਟਿੱਬੇ ਦਾ ਬੰਟੀ ਇਸ ਵੇਲੇ 200 ਡਾਲਰ ਯੂਨਾਈਟਡ ਬ੍ਰੈਂਪਟਨ ਕਬੱਡੀ ਕਲੱਬ ਦੇ ਵੱਲੋਂ ਬੰਟੀ ਟਿੱਬੇ ਦੇ ਲਈ ਪੁੱਜਦਾ ਆਇਆ। ਅਮਰਜੀਤ ਸਿੰਘ ਜੀ 11, ਭਾਈ ਜਾਖਲ ਪਿੰਦਾ ਤੂਰ, ਪਰਮਜੀਤ ਜਾਜੀ, ਪੱਪੂ ਢੱਕ, ਸੁੱਖਾ ਸੋਤਾ, ਸੋਹਣਾ ਕਾਲਸਾ, ਕੁਲਦੀਪ ਸੰਧੂੜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਰਿੰਦਰ ਸਿੰਘ ਪਿਸਟਲ ਇਸ ਵੇਲੇ ਭਿੰਡਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚਾਹ ਦੇ ਵਿੱਚੋਂ ਕੌਣ ਸੁਰਖਪੁਰੀਏ ਯਾਦੇ ਦੇ ਨਾਲ ਢਿੰਡਰਾ, ਇਹ ਕਹਿੰਦੇ ਵਰਿੰਦਰ ਪਿਸਟਲ ਦਾ ਮੁਕਾਬਲਾ ਹੋਇਆ। $200 ਹੋਰ ਸੁਰਖਪੁਰੀਏ ਯਾਦੇ ਦੇ ਲਈ ਸਮੁੱਚੀ ਯੂਨਾਈਟਡ ਬ੍ਰੈਂਪਟਨ ਦੇ ਵੱਲੋਂ ਜਿਹੜਾ ਫਾਇਦਾ ਹੋਇਆ। ਜਸਵਿੰਦਰ ਸਿੰਘ ਜੀ ਸ਼ੋਕਰ ਪ੍ਰਧਾਨ, ਉਹਨਾਂ ਦੀ ਖੇਡ ਕਲੱਬ ਇਸ
2024 ਦੇ ਖੇਡ ਸੀਜ਼ਨ ਦੇ ਦੌਰਾਨ ਦਰਸ਼ਕ ਵੀਰੋ ਇੱਕ ਖਿਡਾਰੀ ਸੀ ਪੱਪੂ ਭਿੰਡਰਾਂਵਾਲਾ ਜੀ ਦੇ ਥੋੜੀ ਸੱਟ ਵੱਜ ਗਈ। ਇਸ ਮੈਚ ਤੋਂ ਬਾਅਦ ਪੱਪੂ ਭਿੰਡਰ ਦੇ ਲਈ ਗਰਾਊਂਡ ਦਾ ਚੱਕਰ ਲਾਇਆ ਜਾਣਾ, ਜਿੰਨੇ ਵੀ ਮਦਦ ਹੋ ਸਕੇ ਆਪਾਂ ਕਬੱਡੀ ਖਿਡਾਰੀ ਦੀ ਮਦਦ ਕਰਨੀ ਆ। ਪਰ ਗਰਾਊਂਡ ਦੇ ਵਿੱਚ ਵੇਖੀਏ ਸੋਹਣ ਸਿੰਘ ਸੰਧੂ ਦਾ ਪੁੱਤਰ ਜਲਾਲਪੁਰੀ ਕਬੱਡੀ ਪਾ ਦਿੱਤੀ ਹੈ। ਸੈਮੀ ਫਾਈਨਲ ਮੈਚ ਹੈ, ਜਿੱਤਣ ਵਾਲੀ ਟੀਮ ਜਿਹੜਾ ਫਾਈਨਲ ਖੇਡੇਗੀ ਅੱਜ ਦੇ ਇਸ ਕਬੱਡੀ ਕੱਪ ਦਾ, ਇਹੀ ਕਬੱਡੀ ਦੇ ਉੱਪਰ ਫਿਰ ਕੋਸ਼ਿਸ਼ ਹੋਵੇਗੀ। ਕੌਣ ਕਰਦਾ ਗੱਲ ਕਮਜ਼ੋਰਾਂ ਦੀ, ਸਦਾ ਹੁੰਦੀ ਗੱਲ ਸਤਾਰਾਂ ਦੀ, ਇਹਨਾਂ ਬੱਬਰ ਸ਼ੇਰਾਂ ਦੀ ਗੱਲ ਹੈ। ਗਿੱਲ ਟੱਕੇ ਦੇ ਰਪੇਰ ਦੇ ਇੰਦਰਜੀਤ ਗਿੱਲ ਤੇ ਨਵੀ ਗਿੱਲ ਉਹਨਾਂ ਦਾ ਵੀ ਨਾਲ ਦੀ ਨਾਲ ਕਹਿੰਦੇ ਧੰਨਵਾਦ ਕਰਦੇ ਹੋ। ਮਾਨੇ ਰੂਪੀ ਦਾ ਹਾਰਮੈਂਟ ਰੱਖ ਕੇ ਸਰਜੀਤ ਰੂਪੀ ਉਹਨਾਂ ਦਾ ਵੱਡਾ ਯੋਗਦਾਨ ਹੈ। ਅਚੇਜੇ ਤੌਰ ਤੇ ਬੀਸੀ ਤੋਂ ਕਾਲਾ ਧੂਰਕੋਟ ਵਾਲਾ ਫੇਰ ਕਬੱਡੀ ਆ ਗਿਆ ਮੇਰੇ ਵੀਰੇ, ਲੋਕ ਕਾਲੇ ਨੇ ਕਬੱਡੀ ਪਾਈ ਹੈ ਸਾਰੀ ਸੰਗਤ ਦਾ। ਉਹ ਇਸ ਸਮੇਂ ਮੁੰਡਾ ਲੱਗੀ ਜਾ ਗਿਆ ਤੇ ਲੀਡੇ ਸਾਜ ਨੇ ਫੈਸਲਾ ਕਰ ਦੇਣਾ ਵੀ ਆਹ ਨੰਬਰ ਵੀ ਜਿਹੜਾ ਹੈ ਕਿਸ ਟੀਮ ਦੇ ਹਿੱਸੇ ਜੁੜੇਗਾ। ਹੁਣ ਧਾਵੀ ਨੇ ਪੁੱਛਣਾ ਪੁੱਛਣਾ ਹਾਰ ਆਪਣੀ ਖੇਡ ਕਲੱਬ ਦੇ ਹਿੱਸੇ ਇੱਕ ਬਿਹਤਰੀਨ ਫਾਇਦਾ ਵਾਧਾ ਕਰ ਗਿਆ ਹੈ। ਅਗਲੀ ਕਬੱਡੀ ਬੜੀ ਤੇਜ਼ ਤਰਾਰ ਪਈ ਹੈ, ਇੰਦਰਜੀਤ ਸਿੰਘ ਬੰਦੀ ਸੰਭਾਲੇ ਦਾ ਫੇਰ ਅੱਜ ਸਮੇਂ ਮੂਹਰੇ ਹੋ ਕੇ ਇੰਦਰਜੀਤ ਦੀ ਪਹਿਲੀ ਕਬੱਡੀ ਤੇ ਹੱਥ ਆਪਣੀ ਖੇਡ ਕਲੱਬ ਦੇ ਹਿੱਸੇ ਇੱਕ ਬਿਹਤਰੀਨ ਪੁਆਇੰਟ ਦਾ ਵਾਧਾ ਕਰਦਾ ਹੋਇਆ ਨਿੱਕੇ ਨੇ ਫਿਰ ਕਬੱਡੀ ਪਾ ਦਿੱਤੀ ਹੈ। ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਯੂਟਿਊਬ ਚੈਨਲ ਇਸ ਸਮੇਂ ਦੁਨੀਆ ਧੱਕੋ ਧੱਕੀ ਜੁੜੀ ਹੋਈ ਹੈ ਚੀਮਿਆਂ ਵਾਲਿਆ। ਉਹ ਕਬੱਡੀ ਇਸ ਸਮੇਂ ਪੁਰਿੰਦਰ ਸਿੰਘ ਹੈ, ਇੱਕ ਤੌਦਰ ਵਾਲੇ ਪੁਰਿੰਦਰ ਦੀਆਂ ਗੱਲਾਂ ਹੋਈਆਂ। ਇੱਕ ਪੁਰਿੰਦਰ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੱਡਾ ਨਾਮ ਬਣਾਇਆ ਸੀ। ਉਹ ਦੇਖਿਆ ਗਿਆ ਪੇਸ਼ਕਾਰ ਹੈ ਪਿੰਡਰਾਂ ਵਾਲਾ, ਪਿੰਡਰੇ ਕਰਾ ਕਿਸ਼ਨਪੁਰਾ ਦੁਨੀਆਂ ਦੇ ਇਹ ਮਾਲਵੇ ਦੇ ਮਸ਼ਹੂਰ ਪਿੰਡਰੇ ਪ੍ਰੋਫੈਸਰ ਸਾਹਿਬ। ਖੇਡ ਕਬੱਡੀ ਦੀ ਜਦ ਭਾਦੋ ਮਹੀਨੇ ਦੇ ਵਿੱਚ ਰੌਣਕ ਲੱਗਦੀ ਹੈ ਪਿੰਡਰਾਂ ਦਾ ਕਬੱਡੀ ਕੱਪ ਦੇ, ਕਿਸ਼ਨਪੁਰੇ ਦੇ ਕਬੱਡੀ ਕੱਪ ਦੇ, ਇਹ ਵੱਡੇ ਕਬੱਡੀ ਕੱਪ ਦੇ ਮਾਲਵੇ ਦੇ, ਤਾਂ ਮੰਡੀ ਫੇਰ ਕਬੱਡੀ ਆਉਂਦਾ ਹੋਇਆ ਮੰਡੀ ਨੇ ਫੇਰ ਕਬੱਡੀ ਪਾ ਦਿੱਤੀ ਹੈ। ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਬਣੇ ਆਇਆ ਟਰੈਕਟਰਾਂ ਗੱਡੀਆਂ ਦਾ ਜੇਤੂ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੈ, ਕਬੱਡੀ 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 ਨੇ ਅਨੇਕਾਂ ਘਰਾਂ ਦੀ ਜਿਹੜੀ ਉਹ ਗਰੀਬੀ ਦੂਰ ਕੀਤੀ ਹੈ। ਕਬੱਡੀ ਦਾ ਕਰਜ਼ਾ ਕਬੱਡੀ ਦੇ ਖਿਡਾਰੀ, ਕਬੱਡੀ ਦੇ ਕਮੈਂਟੇਟਰ, ਕਬੱਡੀ ਦੇ ਰੈਫਰੀ ਨਹੀਂ ਲਾ ਸਕਦੇ ਕਿਉਂਕਿ ਕਬੱਡੀ ਦੀ ਬਦੌਲਤ ਵੱਖੋ ਵੱਖਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਦੇ ਆ, ਜਹਾਜ਼ਾਂ ਨੂੰ ਸਫ਼ਰ ਕਰਦੇ ਆ। ਕਬੱਡੀ ਦੀ ਦੇਣ ਤੇ ਸੁਰਖਪੁਰੀਆਂ ਯਾਦਾਂ ਹੁਣ ਵੇਖੀਏ ਨੌਜਵਾਨ ਖੇਡ ਮੈਦਾਨ ਦੇ ਵਿੱਚ ਮਹਿੰਦਰ ਸਿੰਘ ਦਾ ਕਹਿੰਦੇ ਕੋਸਾ ਨੂੰ ਵੀ ਪੁੱਜੇ ਹੋਏ ਆ, ਵੇਖਦੇ ਆ ਵੀ ਕਹਿੰਦੇ ਸਤਾਰ ਤੋਂ ਸਿੱਖੀਆਂ ਹੋਈਆਂ ਬਰੀਕੀਆਂ ਕਬੱਡੀ ਦੀਆਂ। ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੰਦੇ ਕਬੱਡੀ ਪੁਆਇੰਟ ਆ ਜਿਹੜਾ
ਆਪਣੀ ਟੀਮ ਨੇ ਇਸ ਦੇ ਵਿੱਚ ਜੋੜਦਾ ਹੋਇਆ ਓਕੇ ਸੀ। ਉਧਰ ਬੇਨਤੀ ਹੈ ਜੀ ਟਾਂਟੋ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੇ ਪਲੇਅਰਾਂ ਦੇ ਨਾਲ ਤੇ ਸਪੌਂਸਰ ਦੇ ਨਾਲ ਇੱਕ ਯਾਦਗਾਰੀ ਤਸਵੀਰ ਜਿਹੜੀ ਖਿੱਚੀ ਜਾ ਰਹੀ ਹੈ। ਇੱਥੇ ਯੂਨਾਈਟਡ ਦੇ ਜਰਨੈਲ ਪੰਡ ਜੀ ਸੱਦਾ ਦੇ ਰਹੇ ਵੀ ਜਲਦੀ ਨਾਲ ਜਿਹੜੇ ਖੇਡ ਪ੍ਰਮੋਟਰ ਜਲਦੀ ਆਪਣੀ ਟੀਮ ਦੇ ਲਾਗੇ ਪਹੁੰਚਣ ਦੀ ਕਿਰਪਾ ਕਰਦੇ ਗਏ। ਫੈਸ਼ਨ ਆਈ ਕਿਊ ਹੈ ਸਾਡੇ ਵੀਰਾਂ ਵੱਲੋਂ ਅੱਜ ਦੇ ਟੂਰਨਾਮੈਂਟ ਦੇ ਲਈ ਵੱਡਾ ਯੋਗਦਾਨ। ਹਰਸਾਲਪੁਰੀ ਹਰਸ਼ $200 ਸਮੁੱਚੀ ਯੂਨਾਈਟਡ ਬ੍ਰੈਂਪਟਨ ਦੇ ਵੱਲੋਂ ਹਰਸ਼ ਦੇ ਲਈ ਪੈਦਾ ਹੋਇਆ। ਗੌਰਵ ਪਿੰਡ ਦਾ ਗੁਰਮੁਖ ਸਿੰਘ ਜੀ ਖੋਖਾ ਕਮਾਲ, ਸੁਖੀ ਚਾਂਦੀ ਜੀ, ਜਗਾਰ ਸਿੰਘ ਜੀ ਸ਼ੋਕਰ, ਜਸਵਿੰਦਰ ਸਿੰਘ ਜੀ ਸ਼ੋਕਰ ਦੇ ਸਾਲ ਪ੍ਰਧਾਨ ਆ। 2024 ਦੇ ਖੇਡ ਸੀਜ਼ਨ ਦੇ ਦੌਰਾਨ ਉਹਨਾਂ ਦੀ ਖੇਡ ਕਲੱਬ ਨਵਜੋਤ ਸਿੰਘ ਜੀ ਸਿੰਘ, ਰਾਜਵਿੰਦਰ ਸਿੰਘ ਜੀ ਪੂਨਰ, ਬਲਵੀਰ ਸਿੰਘ ਜੀ ਰਾਏ ਰਾਏ ਲਾ ਆਫਿਸ ਤੋਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਫਿਰ ਬੇਨਤੀ ਹੈ ਜੀ ਟਾਂਟੋ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੇ ਜਿਹੜੇ ਆਰਗਨਾਈਜ਼ਰ ਨੇ ਆਪਣੀ ਟੀਮ ਦੇ ਕੋਲ ਜਿਹੜੇ ਪਹੁੰਚ ਜਾਣ, ਤੇ ਫੋਟੋਗ੍ਰਾਫਰ ਨੂੰ ਵੀ ਬੇਨਤੀ ਹੈ ਸਾਡਾ ਵੀਰ ਜਿਹੜਾ ਜਿਸ ਵੀਰ ਨੇ ਯਾਦਗਾਰੀ ਤਸਵੀਰ ਕੈਮਰੇ ਦੀ ਕੈਦ ਕਰਨੀ ਹੈ, ਫੋਟੋਗ੍ਰਾਫਰ ਵੀ ਜਿਹੜੇ ਪਹੁੰਚ ਜਾਣ, ਪ੍ਰਮੋਟਰ ਜਿਹੜੇ ਪਹੁੰਚ ਗਿਆ। ਪਈ ਹੋਈ ਕਬੱਡੀ ਮੈਦਾਨ ਦੇ ਵਿੱਚ ਫੇਰ ਨੌਜਵਾਨ ਗੁਰਦੀਪ ਸਿੰਘ ਜੀ ਭੂਰੀ, ਜੀਤਾ ਨਾਤਰੀ, ਪ੍ਰੋਫੈਸਰ ਮੱਕਰ ਸਿੰਘ ਜੀ ਹਕੀਮਪੁਰ, ਉਹਨਾਂ ਦੇ ਜਿਗਰੀ ਦੋਸਤਾਂ ਦੇ ਵਿੱਚੋਂ ਇੱਕ ਹੈ, ਉਹਨਾਂ ਨੂੰ ਵੀ ਅਸੀਂ ਜੀਆਂ ਨੂੰ ਆਖ ਰਹੇ ਹਾਂ। ਜਿਹੜੀ ਸੱਟ ਲੱਗੀ ਸੀਜ਼ਨ ਦੇ ਸਟਾਰਟਿੰਗ ਦੇ ਵਿੱਚ, ਤੇ ਨੌਜਵਾਨ ਨੂੰ ਵਾਪਸ ਜਿਹੜਾ ਪੰਜਾਬ ਜਾਣਾ ਪੈ ਗਿਆ ਹੈ। ਕਬੱਡੀ ਅਫੀਸ਼ਲ ਤੇ ਉਹਦੇ ਸਾਥੀ ਭਰਾਵਾਂ ਦੇ ਇਹ ਫੈਸਲਾ ਤੇ ਬਗੈਰ ਉਹਨਾਂ ਦਾ ਕਰਨਵੀਰ ਮੰਦੇਰ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਓਕੇ ਸੀ ਕਬੱਡੀ ਕਲੱਬ ਜਤਿੰਦਰ ਸਿੰਘ ਜੀ ਲੱਖਾ ਗਾਜ਼ੀਪੁਰ, ਇਸ ਖੇਡ ਕਬੱਡੀ ਕਲੱਬ ਦੇ ਨਾਲ ਜੁੜੀ ਹੋਈ ਸ਼ਖਸੀਅਤ। ਵੇਖੀਏ ਨਦੌਰ ਵਾਲਾ ਨਿੱਕਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਜੀਤਾ ਤਲਵੰਡੀ ਚੌਧਰੀ ਵਾਲਾ ਅਰਸ਼ਾ ਕਿਹਾ ਨੌਜਵਾਨ ਕਹਿੰਦੇ ਸ਼ੀਲੂ ਦਾ ਵੀਰ ਇਸ ਵੇਲੇ ਬਾਹੂ ਅਕਬਰਪੁਰੀ ਗੱਭਰੂ ਨਦੌਰ ਵਾਲੇ ਨਿੱਕੇ ਨੇ ਰੱਖਿਆ ਹੋਇਆ ਧੌਣ ਤੇ ਹੱਥ। ਪਰ ਨਿੱਕਾ ਵੀ ਕਹਿੰਦੇ ਜੀਤ ਭਗਤ ਸਿੰਘ ਕਬੱਡੀ ਕਲੱਬ, ਰਾਜਵੀਰ ਰਾਜੂ ਕਬੱਡੀ ਕਲੱਬ ਦੇ ਲਈ ਬੀਸੀ ਦਾ ਖੇਡ ਸੀਜ਼ਨ ਖੇਡਣ ਦੇ ਲਈ ਆਇਆ। ਇੱਧਰ ਟਿੱਪੇ ਵਾਲਾ ਪੰਪੀ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਵਧਿਆ ਆਇਆ। ਜਾਫੀ ਚਾਰ ਚਾਰਾਂ ਦੇ ਵਿੱਚੋਂ ਪੰਗਾ ਕਹਿੰਦੇ ਬਲਵੀਰ ਸਿੰਘ ਪਾਲੇ ਦੇ ਨਾਲ ਪੈ ਗਿਆ। ਹੁਣ ਵੇਖੀਏ ਦੋ ਕਬੱਡੀ ਦੇ ਸਟਾਰ ਭਿੜ ਰਹੇ ਆ, ਪਰ ਪੁਆਇੰਟ ਟਿੱਪੇ ਵਾਲਾ ਪੰਪੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਇੱਕ ਇੱਕ ਰੇਡ ਇਸ ਮੈਚ ਦੀ ਬਾਕੀ ਆ। ਸੁਖਦਿੰਦਰ ਸੰਧੂ ਜੀ ਜਿਨ੍ਹਾਂ ਦਾ ਭਿੰਡਰ ਕਲਾ ਪਿੰਡ ਆ, ਸੰਧਵਾ ਪਿੰਡ ਆ, $50 ਉਹਨਾਂ ਨੇ ਪੁੱਜਦੇ ਕਰ ਦਿੱਤੇ ਆ ਬਾਪੂ ਭਿੰਡਰ ਦੇ ਲਈ। ਮੈਚ ਆ ਜਿਹੜਾ ਸਮਾਪਤ ਹੋ ਚੁੱਕਿਆ। ਇਸ ਮੈਚ ਦੇ ਵਿੱਚ ਯੂਨਾਈਟਡ ਬ੍ਰੈਂਪਟਨ ਦੀ ਟੀਮ ਦੇ ਪੁਆਇੰਟ ਆ ਜਿਹੜੇ ਉਹ 42.5 ਪੁਆਇੰਟ ਰਹੇ ਆ। ਓਕੇ ਸੀ ਦੀ ਟੀਮ ਦੇ 29 ਪੁਆਇੰਟ, ਮਾਈਕ ਤੇ ਸਰਜੀਤ ਸਿੰਘ ਜੀ ਕਕਰਾਲੀ 29 ਤੇ 42।